हेलो फ्रेंड्स, वेलकम टू माय चैनल एंड न्यू ब्लॉग। सो अज असी थोनू एक बिल्कुल नवी होर जगह दे उत्ते लेके आए हैं जी, जो कि आनंदपुर सानेवाल बिल्कुल GT रोड दे उत्ते स्थापित है जी। जी हाँ, गुरुद्वारा रेरू साहिब पातशाही दसवीं, जो कि गुरु गोबिंद सिंह जी दे नाल रिलेटेड हैगा। चलो पहला आप अंदर चलते हैं जी, उस तो बाद फिर जी है अगे थोनू सारा इतिहास दसते हैं जी। चलो जी, उपर जाके मत्था टेकते हैं। सो रेरू साहब गुरुद्वारा जिहड़ा हैगा जी, रेरू दे बूटे नाल रिलेटड हैगा। जदों गुरु गोबिंद सिंह जी चमकौर दी गढ़ी छड्ड के माछीवाड़े तों हुंदे होए कटाणा साहिब रामपुर सानेवाल आए सीगे, तां उहनां दे नाल भाई दया सिंह जी, भाई धर्म सिंह जी, भाई मान सिंह जी, गनी खां ते नबी खां सीगे, जो उच्चदा पीर बणा के गुरु जी नूं लै के आए सी। 27 ते 28 दिसंबर 1704 दीआं उह रातां सीगीआं जदों गुरु जी इत्थे रुके सीगे जी। ਤਾਂ ਜਦੋਂ ਸਾਹਨੇਵਾਲ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਸੀਗਾ ਕਿ ਗੁਰੂ ਜੀ ਇੱਥੇ ਆਏ ਨੇ, ਤਾਂ ਉਹ ਸਵੇਰੇ ਦਰਸ਼ਨਾਂ ਦੇ ਲਈ ਆਏ ਸੀ, ਤਾਂ ਨਾਲ ਹੀ ਉਹਨਾਂ ਨੇ ਪ੍ਰਸ਼ਾਦੇ ਅਤੇ ਜਲ ਦਾ ਪ੍ਰਬੰਧ ਕੀਤਾ ਸੀ। ਗੁਰੂ ਜੀ ਉਹਨਾਂ ਦੀ ਸੇਵਾ ਤੋਂ ਇੰਨੇ ਖੁਸ਼ ਹੋਏ ਸੀਗੇ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਨੰਦਪੁਰ ਵਰਗੀਆਂ ਠੰਡੀਆਂ ਹਵਾਵਾਂ ਦਾ ਜਿਹੜਾ ਹੈਗਾ ਆਨੰਦ ਮਾਣਿਆ ਪ੍ਰਾਪਤ ਹੋਇਆ ਆ। ਤਾਂ ਜਦੋਂ ਉਹਨਾਂ ਨੇ ਜਾਣਾ ਸੀਗਾ ਤਾਂ ਸੰਗਤਾਂ ਨੇ ਕਿਹਾ ਗੁਰੂ ਜੀ ਸਾਨੂੰ ਕੋਈ ਨਿਸ਼ਾਨੀ ਦੇ ਕੇ ਜਾਓ, ਤਾਂ ਗੁਰੂ ਜੀ ਨੇ ਉਹ ਜਿਹੜੀ ਦਾਤਣ ਕਰ ਰਹੇ ਸੀਗੇ ਰੇਰੂ ਦੀ, ਉਹ ਦਾਤਣ ਮਿੱਟੀ ਦੇ ਵਿੱਚ ਗੜਤੀ ਸੀ ਅਤੇ ਵਚਨ ਕੀਤੇ ਸੀਗੇ ਕਿ ਇਹ ਜਿਹੜੀ ਹੈਗੀ ਆ ਜੁਗਾਂ ਜੁਗਾਂ ਤੱਕ ਇੱਦਾਂ ਹੀ ਰਹੂਗੀ। ਅਤੇ ਬਾਅਦ ਵਿੱਚ ਉਹ ਜਿਹੜੀ ਦਾਤਣ ਸੀਗੀ ਦਰਖਤ ਦੇ ਰੂਪ ਵਿੱਚ ਪੁੰਗਰ ਪਈ ਸੀ। ਆਹ ਤੁਸੀਂ ਦੇਖ ਸਕਦੇ ਹੋ ਕਿ ਦਰਖਤ ਅੱਜ ਵੀ ਉੱਦਾਂ ਹੀ ਹਰਾ ਪਿਆ ਆ, ਰੇਰੂ ਦਾ ਜਿਹੜਾ ਬੂਟਾ ਅੱਜ ਦੀ ਕੰਡੀਸ਼ਨ ਜਿਹੜੀ ਹੈਗੀ ਆ ਉੱਦਾਂ ਹੀ ਬਿਲਕੁਲ ਹਰਾ ਪਿਆ ਆ। ਸੋ ਗੁਰੂ ਜੀ ਨੇ ਜਿਹੜੀ ਉਹ ਦਾਤਣ ਗੱਡੀ ਸੀਗੀ ਉਹ ਬੂਟੇ ਦਾ ਰੂਪ ਲੈ ਗਈ ਸੀਗੀ। ਸੋ ਰੇਰੂ ਦਾ ਬੂਟਾ ਕਾਫੀ ਪਾਸੇ ਨੂੰ ਫੈਲਿਆ ਹੋਇਆ ਜੀ, ਇਸ ਕਰਕੇ ਸਪੋਰਟਸ ਕਾਫੀ ਦਿੱਤੀਆਂ ਹੋਈਆਂ ਨੇ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਇਸ ਤੋਂ ਬਾਅਦ ਫਿਰ ਅੱਗੇ ਗੁਰੂ ਜੀ ਨੇ ਆਲਮਗੁਰ ਸਾਹਿਬ, ਰਾਏਕੋਟ, ਮਹਿਤੀਆਣਾ, ਦਮਦਮਾ ਸਾਹਿਬ ਬਠਿੰਡੇ ਵੱਲ ਨੂੰ ਚਾਲੇ ਪਾਤੇ ਸੀਗੇ ਜੀ। ਇਸ ਤੋਂ ਅੱਗੇ ਦੋਸਤੋ ਥੋੜ੍ਹੀ ਦੂਰੀ ਦੇ ਉੱਤੇ ਇੱਕ ਹੈਗਾ ਜੀ ਗੁਰਦੁਆਰਾ ਘੇਰਾ ਸਾਹਿਬ ਅਤੇ ਦਮਦਮਾ ਸਾਹਿਬ, ਜੋ ਕਿ ਬਿਲਕੁਲ ਸਾਹਨੇਵਾਲ ਦੇ ਵਿੱਚੋਂ ਵਿੱਚ ਨੇ। ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਵੀ ਦੋਨੇ ਜਿਹੜੇ ਹੈਗੇ ਆ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਅਤੇ ਲਾਈਕ ਕਰਕੇ ਜ਼ਰੂਰ ਦੱਸਿਓ। ਸੋ ਉਦੋਂ ਤੱਕ ਲਈ ਜਿਹੜਾ ਹੈਗਾ ਬਹੁਤ ਬਹੁਤ ਧੰਨਵਾਦ। ਸੋ ਬਹੁਤ ਹੀ ਜਲਦੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ।